ਅਲਾਏ ਨੂੰ ਬਾਹਰ ਦੇ ਨਾਲ ਸਰ ਜਿਹੜਾ ਇਹ ਐਕਸੀਡੈਂਟ ਹੋਇਆ, ਗੱਡੀ ਵੱਜੀ ਆ ਸਵਿਫਟ, ਇਹ ਕਿਸ ਤਰ੍ਹਾਂ ਹਾਦਸਾ ਹੋਇਆ? ਸਰ ਮੁਖਤਿਆਰ ਸਿੰਘ ਨਾਮ ਦਾ ਐਸ ਆਈ ਆ, ਫਰੌਰ ਕਿਲੇ 'ਚ ਲੱਗਿਆ ਹੋਇਆ। ਇਹਨਾਂ ਦੀ ਮਿਸੀ 'ਚ ਦੋਨੇ ਸਵਿਫਟ ਕਾਰ 'ਤੇ ਆ ਰਹੇ ਸੀ, ਇਹਨਾਂ ਗੜਾ ਪਿੰਡ ਆ ਜਲੰਧਰ ਦੇ ਵਿੱਚ, ਉੱਥੇ ਇਹਨਾਂ ਨਿਆਜ ਚੜ੍ਹਾਉਣੀ ਸੀ, ਉੱਥੇ ਪ੍ਰਸ਼ਾਦ ਲੈ ਕੇ ਆ ਰਹੇ ਸੀ। ਜਦੋਂ ਇਹ ਝੇੜੂ ਪੁਲ ਪਾਰ ਕੀਤਾ ਤਾਂ ਉੱਥੇ ਇੱਕ ਡਰੰਮ ਗੁੱਟੀ ਦਾ ਪਰੈ, ਜਿੱਥੇ ਪੁਲ ਬਣ ਰਿਹਾ, ਬ੍ਰਿਜ ਬਣ ਰਿਹਾ, ਉਹਨੂੰ ਟਕਰਾ ਕੇ ਅਤੇ ਜਿਹੜੀ ਗੱਡੀ ਸੰਤੁਲਨ ਤੋਂ ਵਿਗੜ ਗਿਆ ਤਾਂ ਫਿਰ ਇਹ ਪਲਟ ਗਈ ਆ ਗੱਡੀ, ਲੱਗੀ ਨਹੀਂ ਕਿਸੇ ਨਾਲ। ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ। ਇਹਦੇ ਵਿੱਚ ਇਹਨਾਂ ਦੀ ਮਿਸਿੰਗ ਜਿਹੜੀ ਸੱਟਾਂ ਤਾਂ ਲੱਗੀਆਂ ਨੇ, ਜਿਨ੍ਹਾਂ ਨੂੰ ਪਰਸ਼ਟ ਦਿੱਤੀ ਆ, ਫਿਰ ਉਹਨਾਂ ਨੂੰ ਹੋਸਪਿਟਲ ਰਾਮਾ ਮੰਡੀ ਭੇਜਿਆ ਗਿਆ। ਇਹਨਾਂ ਨੂੰ ਹੁਣ ਜੀ ਘਰ ਭੇਜਿਆ ਜਾ ਰਿਹਾ। ਹਾਂਜੀ, ਇਹਨਾਂ ਦੀ ਜਿਹੜੀ ਇਹ ਗੱਡੀ ਆ, ਇਹ ਕਿੱਥੇ ਥਾਣੇ ਲੈ ਕੇ ਆਪਣੇ ਘਰ ਲੈ ਕੇ ਜਾ ਰਹੇ? ਇਹਨਾਂ ਦਾ ਬੇਟਾ ਇੱਕ ਮੁਲਕੀ ਲੱਗਾ ਹੋਇਆ ਜਲੰਧਰ, ਉਹ ਆ ਗਏ ਨੇ ਕੁਛ ਲੁਧਿਆਣੇ ਤੋਂ ਆਏ ਨੇ, ਇਹਨਾਂ ਦੇ ਰਿਸ਼ਤੇਦਾਰ ਹੀ ਆ ਸਾਰੇ। ਉਹ ਗੱਡੀ ਆਪਣੀ ਲੈ ਰਹੇ ਜੀ, ਰਿਕਵਰੀ ਵੈਨ ਨਾਲ ਇਹ ਲੈ ਕੇ ਜਾ ਰਹੇ ਨੇ ਜਲੰਧਰ। ਕੀ ਨਾਮ ਸਰ ਆਪਣਾ? ਮੇਰਾ ਬੱਕਰ ਸਿੰਘ, ਐਸ ਸੀ ਹਾਈਵੇ ਇੰਚਾਰਜ ਗੁਰਦੁਆਰਾ ਸਿਪਾਹੀ ਕੁਲਦੀਪ ਸਿੰਘ। ਥੈਂਕ ਯੂ।